ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਗੱਲ ਕਰਦੇ ਹਾਂ ਜਿਹੜੀ ਕਿ ਫਿਲਮ ਐਮਰਜੈਂਸੀ ਕੰਗਣਾ ਰਣੌਤ ਵੱਲੋਂ ਜਿਹੜੀ ਫਿਲਮ ਰਿਲੀਜ਼ ਹੋ ਰਹੀ ਆ ਅਗਲੇ ਹਫ਼ਤੇ, ਜਿਸ ਫਿਲਮ ਵਿੱਚ ਸਾਡੇ ਕੌਮੀ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਜਿਹੜਾ ਅਕਸ ਬਹੁਤ ਹੀ ਖਰਾਬ ਜਿਹੜਾ ਦੱਸਿਆ ਗਿਆ ਆ ਫਿਲਮ ਵਿੱਚ, ਅਤੇ ਅਸੀਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਸਿਨੇਮਾ ਹਾਲ ਵਿੱਚ ਉਹ ਫਿਲਮ ਜਿਹੜੀ ਆ ਨਹੀਂ ਲੱਗਣ ਦਿੱਤੀ ਜਾਵੇਗੀ। ਜੇ ਕੋਈ ਸਿਨੇਮਾ ਘਰ ਵਾਲਾ ਫਿਲਮ ਲਾਉਂਦਾ ਆ ਪੰਜਾਬ ਦੇ ਕਿਸੇ ਵੀ ਸਿਨੇਮਾ ਹਾਲ 'ਚ, ਤਾਂ ਉਹ ਸਿਨੇਮਾ ਵਾਲਾ ਆਪ ਜ਼ਿੰਮੇਵਾਰ ਹੋਵੇਗਾ। ਕਿਉਂਕਿ ਮੈਂ ਸਿਨੇਮਾ ਹਾਲ ਦੇ ਆਪਣੇ, ਉਹ ਵੀ ਸਾਡੇ ਭਰਾ ਹੀ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਫਿਲਮਾਂ ਜਿਹੜੀਆਂ ਆ ਬਹੁਤ ਰਿਲੀਜ਼ ਹੁੰਦੀਆਂ ਆ, ਤੁਸੀਂ ਉਹ ਦਿਖਾਓ, ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਜਿਹੜੀ ਇਹ ਜਿਹੜੀ ਕੰਗਣਾ ਰਣੌਤ ਆ, ਤੁਹਾਨੂੰ ਪਤਾ ਆ ਕਿ ਪੰਜਾਬ ਦੇ ਖਿਲਾਫ਼ ਔਰ ਕਿਸਾਨ ਦੇ ਖਿਲਾਫ਼ ਇਹ ਬੋਲਦੀ ਰਹੀ ਆ, ਅਤੇ ਇਸ ਬੀਬੀ ਨੇ ਜਿਹੜਾ ਉੱਥੇ ਰੋਡ ਜਿਹੜਾ ਨਿਭਾਇਆ, ਇੰਦਰਾ ਗਾਂਧੀ ਵਾਲਾ ਰੋਡ ਨਿਭਾਇਆ, ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖ਼ਤ ਸਾਹਿਬ 1984 'ਚ ਢਾਹ ਕੇ ਜਿਹੜੇ ਸਾਰੇ ਸਿੱਖਾਂ ਦੇ ਹਿਰਦੇ ਜਿਹੜੇ ਮੁੱਦੇ ਨੇ ਉਹ ਜਿਹੜਾ ਨੇ ਰੋਲ ਕਰਕੇ, ਤਾਂ ਜਿਹੜਾ ਸਿੱਖਾਂ ਨੂੰ ਉਹ ਫਿਲਮ ਵਿੱਚ ਗਲਤ ਦੱਸਿਆ ਗਿਆ ਆ ਵੀ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋਇਆ ਉਹ ਕਿੱਦਾਂ ਹੋਇਆ, ਉਹਦੇ ਵਿੱਚ ਉਹਨਾਂ ਨੇ ਬਿਲਕੁਲ ਗਲਤ ਦੱਸਿਆ ਆ ਵੀ ਸਿੰਘ ਜਿਹੜੇ ਸਰਕਾਰ ਨਾਲ ਔਰ ਜਿਹੜੀ ਸੰਗਤ ਨਾਲ ਉੱਥੇ ਗਲਤ ਕੰਮ ਕਰਦੇ ਰਹੇ ਆ। ਜਿਹੜੇ ਆਪਾਂ ਉਹਨਾਂ ਵਿੱਚੋਂ ਇੱਕ ਕਲਿੱਪ ਦੇਖਿਆ ਵੀ ਸਿੰਘ ਉੱਥੇ ਗਲਤ ਕੰਮ ਕਰਦੇ ਰਹੇ ਆ, ਔਰ ਪੰਜਾਬ ਦੇ ਜਿਹੜੇ ਬੰਦਿਆਂ ਨੇ ਕਾਫ਼ੀ ਜਿਹੜੇ ਪੰਜਾਬ ਤੋਂ ਚਿੱਠੀਆਂ ਜਾਂਦੀਆਂ ਰਹੀਆਂ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਬਹੁਤ ਜਿਹੜੇ ਸਿੰਘ ਆ ਉਹ ਗਲਤ ਕੰਮ ਕਰਦੇ ਆ, ਅਤੇ ਉੱਥੇ ਜਿਹੜਾ ਉਹਨਾਂ ਦਾ ਕਬਜ਼ਾ ਛੁਡਾਇਆ ਜਾਵੇ। ਸੰਗਤੀ ਨਹੀਂ, ਉਹ ਸਾਡੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਹੜੇ ਕਿ ਹਿੰਦੂਆਂ ਦੀਆਂ, ਸਿੱਖਾਂ ਦੀਆਂ, ਮੁਸਲਮਾਨਾਂ ਦੀਆਂ, ਬੀਬੀਆਂ ਦੀਆਂ, ਜਿਹੜਾ ਕਹਿੰਦਾ ਸੀਗਾ ਵੀ ਜਿਹੜਾ ਵੀ ਇਹਦੀ ਬੀਬੀ ਭੈਣ ਦੀ ਕੋਈ ਇੱਜ਼ਤ ਵੱਲ ਦੇਖਦਾ ਆ ਉਹਦਾ ਗਾਟਾ ਲਾ ਕੇ ਆਓ ਅਤੇ ਮੈਂ ਰੱਖਾਂਗਾ ਉਹਨੂੰ, ਮੈਂ ਸਾਂਭਾਂਗਾ। ਤਾਂ ਏਦਾਂ ਦੇ ਜਰਨੈਲ ਦੇ ਖਿਲਾਫ਼ ਜਿਹੜੀ ਹੈਗੀ ਆ ਐਮਰਜੈਂਸੀ ਫਿਲਮ ਕੰਗਣਾ ਰਣੌਤ ਵੱਲੋਂ ਬਣੀ ਗਈ ਆ, ਉਹ ਬਹੁਤ ਹੀ ਜਿਹੜਾ ਹੈਗਾ ਸਿੱਖਾਂ ਦਾ ਅਕਸ ਖਰਾਬ ਕਰ ਰਹੀ ਆ। ਸੋ ਸੰਗਤ ਜੀ, ਬੇਨਤੀ ਆ ਆਪਣੇ ਆਪਣੇ ਸਿਨੇਮਾ ਹਾਲ 'ਚ ਸਾਰਿਆਂ ਨੂੰ ਦੱਸੋ ਕਿ ਫਿਲਮ ਜਿਹੜੀ ਆਪਾਂ ਬਿਲਕੁਲ ਨਹੀਂ ਲੱਗਣ ਦੇਵਾਂਗੇ, ਔਰ ਆਪਾਂ ਵੀ ਆਪਣੇ ਵੱਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਔਰ ਸਰਦਾਰ ਮਾਨ ਸਿੰਘ ਪਾਰਟੀ ਵੱਲੋਂ ਵੀ ਇਹ ਗੱਲ, ਭਾਈ ਸੁਖਦੇਵ ਸਿੰਘ ਜੀ ਮਿਰਚਾਂ ਵੱਲੋਂ ਵੀ ਇਹ ਗੱਲ ਕਰਦੇ ਆ ਕਿ ਕਿਸੇ ਵੱਲੋਂ ਵੀ ਆਪਾਂ ਜਿਹੜੀ ਫਿਲਮ ਆ ਉਹ ਕਦੀ ਵੀ ਰਿਲੀਜ਼ ਨਹੀਂ ਹੋਣ ਦੇਵਾਂਗੇ। ਜੇ ਰਿਲੀਜ਼ ਹੋਵੇਗੀ ਤੇ ਉਹਦੀ ਜਿਹੜਾ ਜ਼ਿੰਮੇਵਾਰ ਆ ਉਹ ਆਪ ਸਿਨੇਮਾ ਘਰ ਵਾਲੇ ਹੋਣਗੇ। ਸਾਡੇ ਨਾਲ ਭਾਈ ਸੁਖਦੇਵ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਮਿਰਚਾਂ ਵਾਲੇ, ਵਾਹਿਗੁਰੂ ਜੀ ਕਾ ਖਾਲਸਾ। ਇਹ ਜਿਹੜੀ ਫਿਲਮ ਲੱਗੀ ਆ ਜੀ, ਅਸੀਂ ਇਹਦੀ ਬਹੁਤ ਘੋਰ ਨਿੰਦਿਆ ਕਰਨੀ ਆ। ਇਹ ਫਿਲਮ ਜਿਹੜੀ ਆ ਬਿਲਕੁਲ ਨਹੀਂ ਲੱਗਣੀ ਚਾਹੀਦੀ, ਇਹ ਲੋਕਾਂ ਦੇ ਵਿੱਚ ਪ੍ਰਸ਼ਨ ਪਾਉਣ ਵਾਲੀ ਫਿਲਮ ਹੈ, ਇਹਨੂੰ ਬਿਲਕੁਲ ਟੱਕਿਆ ਜਾਵੇ। ਸਰਕਾਰ ਵੀ ਇਹਦੇ ਵਿੱਚ ਨਵਾਲ ਨਾਲ ਹੋਵੇ ਅਤੇ ਇਹ ਟੱਕੇ ਇਹਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।